ਗਿੱਲ IPS ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅੰਸ਼ਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣੇਦਾਰ ਰਿਚਾ ਰਾਣੀ, ਮੁੱਖ ਅਫਸਰ ਥਾਣਾ ਡਿਵੀਜ਼ਨ ਨੰਬਰ 5 ਲੁਧਿਆਣਾ ਵੱਲੋਂ ਸਮੇਤ ਪੁਲਿਸ ਪਾਰਟੀਆਂ ਦੇ ਦੌਰਾਨੇ ਨਾਕਾਬੰਦੀ ਮਿਤੀ 2 ਅਗਸਤ 2019 ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਹਨੀ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ, ਜੋ ਦੋਨੋਂ ਬਾਪ ਬੇਟੇ ਹਨ, ਜੋ ਕਿ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਵਿੱਚ ਅਫੀਮ ਖਰੀਦ ਕੇ ਲੁਧਿਆਣਾ ਸ਼ਹਿਰ ਵਿੱਚ ਤੁਰ ਫਿਰ ਕੇ ਮਹਿੰਗੇ ਭਾਅ 'ਤੇ ਵੇਚਦੇ ਸਨ। ਲੁਧਿਆਣਾ ਇੰਜਨ ਸ਼ੈੱਡ ਵਿਖੇ ਨਾਕਾਬੰਦੀ ਦੌਰਾਨ ਦੋਨੋਂ ਬਾਪ ਬੇਟਾ ਐਕਟਿਵਾ 'ਤੇ ਸਵਾਰ ਹੋ ਕੇ ਮਨਜੀਤ ਨਗਰ ਤੋਂ ਆ ਰਹੇ ਸੀ ਅਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 1 ਕਿਲੋ ਅਫੀਮ ਬਰਾਮਦ ਕਰਕੇ ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 244 ਅਪਰਾਧਿਕ ਧਾਰਾ 1861 NDPS ਐਕਟ ਥਾਣਾ ਡਿਵੀਜ਼ਨ ਨੰਬਰ 5 ਵਿੱਚ ਦਰਜ ਕਰਕੇ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਹੈ। ਅਸੀਂ ਡਿਵੀਜ਼ਨ ਨੰਬਰ 5 SHO ਰਿਚਾ ਨੇ ਜਿਹੜਾ ਹੈਗਾ ਆ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਨਸ਼ੇ ਦੀ ਉਹਨੂੰ ਕਾਬੂ ਕਰਨ ਦੇ ਸੰਬੰਧ 'ਚ ਇਹਨਾਂ ਨੇ ਆਪਣਾ ਨਾਕਾਬੰਦੀ ਦੇ ਦੌਰਾਨ ਇੱਕ ਪਿਓ ਪੁੱਤ ਨੂੰ ਜਿਹਦਾ ਨਾਮ ਹਨੀ ਸ਼ਰਮਾ, ਪੁੱਤਰ ਮੋਹਨ ਲਾਲ ਸ਼ਰਮਾ, ਦੋਨੋਂ ਪਿਓ ਪੁੱਤ ਸੀ, ਜਿਹਨਾਂ ਕੋਲੋਂ 1 ਕਿਲੋ ਫੀਮ ਬਰਾਮਦ ਕੀਤੀ ਹੈ ਦੌਰਾਨੇ ਨਾਕਾਬੰਦੀ। ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ। ਇੱਕ ਟਰਾਂਸਪੋਰਟ ਨਗਰ ਦੇ ਵਿੱਚ ਰਾਜਕੁਮਾਰ ਨਾਮ ਦਾ ਬੰਦਾ ਜਿਹੜਾ ਡਰਾਈਵਰੀ ਕਰਦਾ, ਉਹਦੇ ਕੋਲੋਂ ਫੀਮ ਲੈ ਕੇ ਇਹਨਾਂ ਨੇ ਅੱਗੇ ਜਿਹੜਾ ਹੈਗਾ ਅਮਿਤ ਨਾਂ ਦਾ ਕੋਈ ਬੰਦਾ ਹੈ ਡੰਡੀ ਸਵਾਮੀ ਰੋਡ 'ਤੇ ਰਹਿ ਰਿਹਾ ਜਿਹੜਾ, ਉਹਨੂੰ ਇਹਨਾਂ ਨੇ ਡਿਲੀਵਰ ਕਰਨੇ ਸੀ। ਮੁਕੱਦਮਾ ਇਹਨਾਂ 'ਤੇ ਕੋਈ ਦਰਜ ਨਹੀਂ ਹੈਗਾ, ਇਹ ਪਹਿਲੀ ਵਾਰ ਫੜੇ ਗਏ ਨੇ, ਪਹਿਲਾ ਪਰਚਾ ਦਰਜ ਹੋਇਆ ਅਤੇ ਬਾਕੀ ਜਿਹੜੀ ਆ ਫਿਰ ਵੀ ਤਫਤੀਸ਼ ਡੂੰਘਾਈਸ਼ ਕਰਕੇ ਅਤੇ ਫਰਦਰ ਜਿਹੜੀ ਆ ਕਾਰਵਾਈ ਅਮਲ 'ਚ ਲਿਆਵਾਂ। 1.5 ਮਹੀਨੇ ਤੋਂ ਜਿਹੜੇ ਦੋਸ਼ੀ ਨੇ ਇਹਨਾਂ ਦੀਆਂ ਪ੍ਰੋਪਰਟੀ ਦੀਆਂ ਦੁਕਾਨਾਂ, ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਆ, ਨਾਲ ਉਹਦੀ ਲੋਟਰੀ ਦੀ ਦੁਕਾਨ ਵੀ ਇਹਨਾਂ ਦੀ, ਜਿਹੜਾ ਡਰਾਈਵਰ ਆ ਲੋਟਰੀ ਬਣਾਉਂਦਾ ਹੁੰਦਾ ਸੀ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਰਾਬਤਾ ਕਾਇਮ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਆਪਸ ਦੇ ਵਿੱਚ ਡੀਲ ਕਰਕੇ ਫਰਦਰ ਇਹ ਕੰਮ ਸ਼ੁਰੂ ਕਰ ਦਿੱਤਾ। ਬ੍ਰੇਕਿੰਗ ਨਿਊਜ਼ ਪੰਜਾਬ ਤੋਂ ਕੈਮਰਾਮੈਨ ਨੰਨਾ ਫਲੋਰ ਦੇ ਨਾਲ ਸਿਮਰਨ ਦੀ ਰਿਪੋਰਟ।